ਅਸੀਂ ਪਟੋਲਾ ਪਿੰਡ ਦੇ ਵਿੱਚ ਸੱਭਿਆਚਾਰਕ ਅਤੇ ਖੇਡ ਮੇਲਾ ਇੱਥੇ ਮੇਲੇ ਦੇ ਵਿੱਚ ਸਾਡੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਬੈਲ ਸਾਹਿਬ ਰਮਨ ਬੈਲ ਜੀ ਨੇ ਸੱਦਾ ਦਿੱਤਾ ਸੀਗਾ। ਉਹਨਾਂ ਦੇ ਸੱਦੇ 'ਤੇ ਪਿੰਡ ਦੇ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਉਹਦੇ 'ਚ ਆਏ। ਸਾਡੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਦਾ ਇਹ ਪ੍ਰੋਗਰਾਮ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ। ਅਤੇ ਪੰਜਾਬ ਨੂੰ ਜੇ ਆਪਾਂ ਰੰਗਲਾ ਪੰਜਾਬ ਦੇਖਣਾ ਤਾਂ ਪੰਜਾਬ ਦੇ ਅੰਦਰ ਖੇਡਾਂ ਸੱਭਿਆਚਾਰਕ ਮੇਲੇ ਉਹ ਬਹੁਤ ਜ਼ਰੂਰੀ ਹੈ। ਸੋ ਮੈਂ ਪਿੰਡ ਵਾਲਿਆਂ ਨੂੰ ਵਧਾਈ ਦੇਣ ਆਇਆ ਸੀ ਕਿ ਉਹਨਾਂ ਨੇ ਇੱਕ ਚੰਗੀ ਪਿਰਤ ਪਾਈ ਆ, ਹਰ ਸਾਲ ਮੇਲਾ ਲਾਉਂਦੇ ਆ, ਆ ਕੇ ਬੜਾ ਮਨ ਖੁਸ਼ ਹੋਇਆ ਜੇ ਮਹਾਰਾਜ ਸੱਚੇ ਪਾਤਸ਼ਾਹ ਕਦੋਂ ਤੱਕ ਅਗਲੀ ਵਾਰ ਜੂਦ ਮੇਲੇ ਦੇ ਵਿੱਚ ਆਉਣਗੇ। ਗ੍ਰਾਂਟ 6 ਲੱਖ ਜਿੰਨੀ ਮੰਗੀ ਸੀ ਉਹਨੇ ਦਿੱਤੀ, ਉਹ ਦੱਸੋਗੇ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਚੰਗੇ ਸਟੇਡੀਅਮ ਬਣਾ ਦੇ, ਪਿੰਡਾਂ ਦਾ ਚੰਗਾ ਜਿਹੜਾ ਵਿਕਾਸ ਕਰ ਦੇ, ਪਿੰਡਾਂ ਦੇ ਵਿੱਚ ਅਸੀਂ ਜਿਹੜੀਆਂ ਮੁਹੱਲਾ ਕਲੀਨਿਕ ਬਣਾ ਰਹੇ, ਸਕੂਲ ਜਿਹੜੇ ਸਕੂਲ ਆਫ ਐਮੀਨੈਂਸ ਬਣਾ ਰਹੇ, ਖਾਸ ਤੌਰ 'ਤੇ ਜਿਹੜੀ ਸਪੋਰਟਸ ਹੈ ਉਹਨੂੰ ਡਿਵੈਲਪ ਕਰਨ ਵਾਸਤੇ ਪਿੰਡਾਂ ਤੋਂ ਲੈ ਕੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਸਟੇਟ ਲੈਵਲ 'ਤੇ ਆਪਣੇ ਜਿਹੜੇ ਖਿਡਾਰੀ ਜਿਹੜੇ ਸਟੇਟ ਖੇਡਦੇ ਆ, ਨੈਸ਼ਨਲ ਖੇਡਦੇ ਆ, ਏਸ਼ੀਅਨ ਖੇਡਦੇ ਆ, ਇੰਟਰਨੈਸ਼ਨਲ ਖੇਡਦੇ ਆ, ਉਹਨਾਂ ਸਾਰੇ ਖਿਡਾਰੀਆਂ ਨੂੰ ਚੰਗੀ ਟ੍ਰੇਨਿੰਗ ਦੇ ਕੇ ਇੱਕ ਵਧੀਆ ਖਿਡਾਰੀ ਬਣਾਉਣਾ ਜਿਹਦੇ ਨਾਲ ਪੰਜਾਬ ਦਾ ਨਾਮ ਜਿਹੜਾ ਉਹ ਰੋਸ਼ਨ ਹੋ ਸਕੇ। ਇਹ ਪਿੰਡ ਬਰਸੋਲਾ ਵਿੱਚ ਮੇਲਾ ਹਰ ਸਾਲ ਦੀ ਤਰ੍ਹਾਂ ਬਾਬਾ ਗੁੱਜਾ ਪੀਰ ਸਿੰਘ ਮੇਲਾ ਕਰਵਾਇਆ ਜਾਂਦਾ, ਅੱਜ ਵੀ ਉਹ ਮੇਲਾ ਕਰਵਾਇਆ ਗਿਆ। ਇਸ ਮੇਲੇ ਦੇ ਵਿੱਚ ਮੁੱਖ ਮਹਿਮਾਨ ਕੁਲਦੀਪ ਸਿੰਘ ਧਾਲੀਵਾਲ, ਸ਼ੈਰੀ ਕਲਸੀ ਜੀ ਅਤੇ ਰਮਨ ਬੈਲ ਜੀ, ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ, ਉਹ ਅੱਜ ਆਏ ਸੀਗੇ। ਉਹਨਾਂ ਨੇ ਮੇਲੇ ਦੇ ਵਿੱਚ ਸਾਨੂੰ ਪਿੰਡ ਵਾਸਤੇ 3 ਲੱਖ ਰੁਪਏ ਦਾ ਗ੍ਰਾਂਟ ਵੀ ਦਿੱਤੀ ਅਤੇ ਵਧੀਆ ਮੇਲਾ, ਕਬੱਡੀ ਵਗੈਰਾ ਜਿਹੜੀ ਆ ਉਹ ਕਪੂਰਥਲਾ ਔਰ ਗੁਰਦਾਸਪੁਰ ਦੇ ਵਿੱਚ ਹੋ ਰਹੀ ਹੈ ਅਤੇ ਹਰਜੀਤ ਸਿੱਧੂ ਜਿਹੜੇ ਕਲਾਕਾਰ ਉਹ ਆਏ ਹੋਏ ਆ ਅਤੇ ਵਧੀਆ ਮੇਲੇ ਦਾ ਕੰਮ ਚੱਲ ਰਿਹਾ। ਕਿੰਨਵਾਂ ਮੇਲਾ ਕਰਦਾ ਇਹ? 57ਵਾਂ ਮੇਲਾ ਜੀ। ਹਾਂਜੀ, ਬਹੁਤ ਵਧੀਆ ਜੀ, ਕਾਫੀ ਗੈਦਰਿੰਗ ਵੀ ਬਹੁਤ ਹੋਈ ਹੈ ਅਤੇ ਬਹੁਤ ਵਧੀਆ। ਕਬੱਡੀ ਦਾ ਅੱਜ ਫਾਈਨਲ ਮੈਚ ਹੋਣਾ, ਗੁਰਦਾਸਪੁਰ ਕਪੂਰਥਲਾ ਜੀ। ਹਾਂਜੀ, ਅਗਲੀ ਵਾਰੀ ਹੋਰ ਕੋਸ਼ਿਸ਼ ਕਰਾਂਗੇ ਵਧੀਆ ਕਰਾਉਣ ਦਾ, ਔਰ ਇਸ ਤੋਂ ਵਧੀਆ ਕਰਾ। ਕਿੰਨਾ ਨਾਮ ਜਿਹੜਾ ਦਿੱਤਾ ਜਾਣਾ ਅੱਜ ਕਬੱਡੀ ਖਿਡਾਰੀਆਂ ਨੂੰ? 65-55 ਜੀ, 65,000 ਜਿੱਤਣ ਵਾਲਿਆਂ ਨੂੰ, 55,000 ਹਾਰਨ ਵਾਲਿਆਂ ਨੂੰ। ਮੰਤਰੀ ਸਾਹਿਬ ਵੱਲੋਂ ਹੋਰ ਕੀ ਵਿਸ਼ਵਾਸ ਦਿੱਤਾ ਗਿਆ 3 ਲੱਖ ਦਾ? ਹੋਰ ਕਹਿੰਦੇ ਜੀ ਅਗਲੀ ਵਾਰੀ ਹੋਰ ਵਧੀਆ ਸਟੇਡੀਅਮ ਵਾਸਤੇ ਪੈਸੇ ਦੇਵਾਂਗੇ। ਇੱਕ ਹੋਰ ਪਿੰਡ ਨੂੰ ਦੱਸ ਦਿਓ 3 ਲੱਖ। ਹਾਂਜੀ, ਉਹ 3 ਲੱਖ ਦੂਸਰੇ ਪਿੰਡ ਨੂੰ ਦਿੱਤਾ। ਹਾਂਜੀ ਹਾਂਜੀ, ਭੋਪਰ ਵਗੈਰਾ ਪਿੰਡ ਹੈ ਉਹਨੂੰ ਦਿੱਤਾ। ਕੀ ਸੰਦੇਸ਼ ਕੀ ਦੇਣਾ ਚਾਹੋਗੇ ਹੁਣ ਨੌਜਵਾਨਾਂ ਨੂੰ? ਇਹੀ ਸੰਦੇਸ਼ ਦੇਵਾਂਗੇ ਕਿ ਆਪਾਂ ਨਸ਼ਿਆਂ ਨੂੰ ਤਿਆਗੋ ਅਤੇ ਖੇਡਾਂ ਵੱਲ ਆਓ, ਖੇਡਾਂ ਦੇ ਨਾਲ ਦੇਸ਼ ਤਰੱਕੀ ਕਰੇ ਜੀ।